ਭਰ ਦਿਓ ਆਵਾਜ਼, ਆਵਾਜ਼ ਨੂੰ ਸੁਣੀ ਭੈੜੀ ਜੀ ਆਵਾਜ਼ ਨਾ ਭਰੇ ਸਾਡੀ ਕੰਪੈਰੀਟਿਵਲੀ ਆਈ ਵਾਜ਼ ਇਨਵੋਲਵਡ ਮੈਨੇਜਿੰਗ ਬਟ ਦਿਸ ਟਾਈਮ ਆਈ ਐਮ ਇਨ ਹੈਵਿੰਗ ਫਨ ਬੋ ਵੈਲੀ ਕੈਂਪਿੰਗ ਗਰਾਊਂਡ 'ਤੇ ਅੱਜ ਆਪਾਂ ਥਾਪਰ ਕਾਲਜ ਦੇ ਅਣਮੁੱਲੇ ਯਾਰ ਮਿਲੇ ਹਾਂ ਅਤੇ ਸਾਰਾ ਟਰੈਕ ਜਿਹੜਾ ਓਰਿਜਨਲੀ ਚੱਲੂਗਾ ਵਿਦਾਊਟ ਐਨੀ ਐਡੀਟਿੰਗ। ਮੈਂ ਤੁਮਸੇ ਪਿਆਰ ਕਰੂੰ
ਤੁਮ ਸਮਝੋਗੀ ਦੀਵਾਨਾ ਮੈਂ ਵੀ ਇਕਰਾਰ ਕਰੂੰ ਦੀਵਾਨੋ ਕੀ ਇਹ ਬਾਤੇ ਦੀਵਾਨੇ ਜਾਣਤੇ ਹੈ ਜਲਨੇ ਮੇਂ ਕਿਆ ਮੰਗਾ ਹੈ ਪਰਵਾਨੇ ਜਾਣਤੇ ਹੈ ਤੁਮ ਯੂੰ ਹੀ ਜਲਾਤੇ ਰਹਿਣਾ ਆ ਆ ਕਰ ਖਾਬੋ ਮੇਂ ਪਲ ਪਲ ਦਿਲ ਕੇ ਜੀਵਨ ਮੀਠੀ ਪਿਆਰ ਤੂੰ ਕਹਿਤੀ ਹੋ ਪਲ ਪਲ ਦਿਲ ਕੇ ਪਾਰ ਤੂੰ ਰਹਿਤੀ ਸ਼ਹਿਰ ਪੰਬੋਲ ਚ ਵਸਦੀਓ ਕੁੜੀਓ ਇਹਨਾਂ ਨੱਕ ਵਿੱਚ ਨੱਥ ਨਾ ਪਾਇਓ ਉਹ ਮੈਂ ਭੁੱਲ ਗਈ ਤੁਸੀਂ ਭੁੱਲ ਨਾ ਜਾਣਾ ਯਾਰੀ ਨਾਲ ਨਸੀਬਾਂ ਲਾਇਓ ਮੈਂ ਮਾਰ ਕਿੰਨੀ ਆ ਗਿਆ ਉਹ ਕਿੰਨੀ ਆ ਗਿਆ ਕਿੰਨੀ ਯਾਰ ਗਾ ਦੇ ਕਿੰਨੀ ਚੱਕ ਦੇ ਛੇਤੀ ਕਰੋ ਮੈਂ ਤਾੜੀਆਂ ਨਾਲ ਸਾਰਿਆਂ ਸਾਥ ਦੇਣਾ ਹੈਲੋ ਬਾਈ ਜੀ ਜਿਹੜੇ ਬੰਦੇ ਮਿਊਜ਼ਿਕ ਨੂੰ ਪਿਆਰ ਕਰਦੇ ਆ ਉਹ ਤਾੜੀਆਂ ਨਾਲ ਮੇਰਾ ਸਾਥ ਦੇਣਾ ਜਿਹੜੇ ਬੰਦੇ ਮਿਊਜ਼ਿਕ ਨੂੰ ਪਿਆਰ ਕਰਦੇ ਜਿਹੜੇ ਨਹੀਂ ਕਰਦੇ ਉਹ ਚੁੱਪ ਕਰਕੇ ਥੈਂਕ ਯੂ ਐਸੀ ਪੀਣੀ ਪੀਓ ਸੱਜਣ ਜੀ ਉਹ ਲੂਲੂ ਤੇਰਾ ਨੱਚੇ ਉਹ ਪੀ ਕੇ ਲੜਨਾ ਤੇ ਲੜ ਕੇ ਮਰਨਾ ਇਹ ਗੱਲ ਮੂਲ ਨਾ ਜੱਚੇ ਉਹ ਜਾ ਫਿਰ ਪੀਓ ਸ਼ਹੀਦਾਂ ਵਾਲੇ ਜਾਮ ਵਤਨ ਦੇ ਸੱਚੇ ਉਹ ਜਾ ਪੀ ਮਸਤ ਮਲੰਗਾਂ ਵਾਲੀ ਤੇ ਜਿਹੜੀ ਉਮਰ ਪ੍ਰਾਣ ਨਾਲ ਲਥੇ
ਤਾੜੀ ਚੱਲੂਗੀ। ਹਿੰਦੂ ਕਹਿੰਦਾ ਮੰਦਰ ਆ, ਮੁੱਲਾ ਆਖੇ ਮਸੀ ਜਾ, ਕਹਿਣ ਈਸਾਈ ਰੋਲਾ ਪਾ, ਸਭ ਤੋਂ ਹੈ ਗਿਰਜਾ ਅੱਛਾ, ਜੋਗੀ ਕਹਿੰਦੇ ਕੰਨ ਪੜਵਾ, ਭੇਸ ਵਟਾ ਤੇ ਟੂਣੀ ਲਾ, ਸਾਧੂ ਕਹਿੰਦੇ ਪਗਵੇਂ ਪਾ, ਰੁੱਖੀ ਸੁੱਖੀ ਮੰਗ ਕੇ ਖਾ, ਕੋਈ ਕਹਿੰਦਾ ਵਾਲ ਵਧਾ, ਕੋਈ ਕਹਿੰਦਾ ਵਾਲ ਕਟਾ, ਕਿੰਨੇ ਰੱਬ ਦੇ ਖੈਰ ਖੁਆ, ਆਪਣੀ ਆਪਣੀ ਦੇਣ ਸਦਾ। ਉਹ ਛੱਡ ਧਰਮਾਂ ਦੇ ਤਗੜੇ ਤੇੜੇ, ਨਾ ਵਸ ਤੇਰੇ ਨਾ ਵਸ ਮੇਰੇ, ਰੱਬ ਦੇ ਸਹੁਰੇ ਪੇਕੇ ਕਿਹੜੇ, ਤੈਨੂੰ ਕੀ ਪਰਵਾਹ, ਮਸਤੀ ਮਨਾ ਮੈਂ ਖਾਨਿਆ, ਓਏ ਮਸਤੀ ਮਨਾ ਮੈਂ ਖਾਨਿਆ, ਓਏ ਮਸਤੀ ਮਨਾ ਮੈਂ ਖਾਨਿਆ। ਉਹ ਇੱਥੇ ਹਿੰਦੂ ਵੀ ਹੈ, ਉਹ ਇੱਥੇ ਭਾਈ ਵੀ ਹੈ, ਉਹ ਇੱਥੇ ਮੁੰਡਾ ਵੀ ਹੈ ਤੇ ਈਸਾਈ ਵੀ ਹੈ। ਇੱਥੇ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਦੀਨ ਨਹੀਂ, ਕੋਈ ਧਰਮ ਨਹੀਂ, ਕੋਈ ਪਰਦਾ ਨਹੀਂ, ਕੋਈ ਸ਼ਰਮ ਨਹੀਂ। ਉਹ ਸਭ ਧਰਮਾਂ ਦੇ ਬੰਦੇ ਆਉਂਦੇ ਮਹਿਖਾਨੇ ਵਿੱਚ ਇੱਕ ਹੋ ਜਾਂਦੇ, ਉਹ ਸਭ ਧਰਮਾਂ ਦੇ ਬੰਦੇ ਆਉਂਦੇ ਮਹਿਖਾਨੇ ਵਿੱਚ ਇੱਕ ਹੋ ਜਾਂਦੇ, ਧਰਮਾਂ ਵਾਲੇ ਰੋਲਾ ਪਾਉਂਦੇ ਤੋਬਾ ਤੋਬਾ, ਹੋਏ ਮਸਤੀ ਮਨਾ ਮੈਂ ਖਾਨਿਆ, ਹੋਏ ਮਸਤੀ ਮਨਾ ਮੈਂ ਖਾਨਿਆ, ਹੋਏ ਮਸਤੀ ਮਨਾ ਮੈਂ ਖਾਨਿਆ। ਪੰਜ ਫੁੱਟ ਪੰਜ ਚੱਡਾ ਜੀ ਸਕਸੈਸਫੁਲ, 15 ਫੁੱਟ ਦਾ ਪੋਲ ਲਾਤਾ, ਸੀਨੀਅਰ ਸੀਨੀਅਰ ਹੀ ਹੁੰਦੇ ਆ ਜੀ। ਚਲੋ ਜੀ ਅੱਗੇ ਆਉਣ ਦਿਓ, ਚੱਡਾ ਸਾਹਿਬ ਰਸਪਾ ਜੀ ਕੁਤਬ ਮਨਾਰ ਵਾਲੀ ਗੱਲ। ਆਇਆ ਕਿੰਨੇ ਪਲ ਦਿਲ ਕੇ ਪਾਰ, ਤੁਮ ਰਹਿਤੀ ਹੋ, ਪਲ ਪਲ ਦਿਲ ਕੇ ਪਾਰ, ਤੁਮ ਰਹਿਤੀ ਹੋ, ਜੀਵਨ ਮਿਲਦੀ ਪਿਆਰ, ਪਲ ਪਲ ਦਿਲ ਕੇ ਪਾਰ, ਤੁਮ ਰਹਿਤੀ ਹੋ। ਪਲ ਪਲ ਦਿਲ
अपने आंगन में जब कह रही थी तुम मुझे बांधो बंधन में, ये कैसा रिश्ता है, ये कैसे सपने हैं, बेगाने होकर भी क्यों लगते अपने हैं। मैं सोच में रहता हूँ, डर डर के कहता हूँ पल तुम सोचोगी क्यों इतना मैं तुमसे प्यार करूं, तुम समझोगी दीवाना मैं भी इकरार करूं। दीवानों की ये बातें दीवाने जानते हैं, जीने में क्या मजा है परवाने जानते हैं। तुम यूं ही चलते रहना आ आ कर ख्वाबों में, पल पल दिल के पास ਮੈਨੂੰ 10 ਫੁੱਟ ਦੇ ਕੰਮਾਂ ਤੇ ਲਾਇਆ ਤੁਸੀਂ ਯਾਰ, 5 ਫੁੱਟ ਦਾ ਬੰਦਾ ਬੁਲਾ ਕੇ 10 ਫੁੱਟ ਦੇ ਕੰਮਾਂ ਤੇ ਲਾਤਾ। ਦਿਸ ਇਜ਼ ਦ ਬੈਸਟ ਜੋਕ ਆਫ ਦ ਡੇ। ਓ ਮਾਈ ਗੋਡ, ਦੈਟਸ ਗੁੱਡ। ਮੇਰੀ ਗੱਲ, ਆ ਕੱਦ ਭਰਾਵਾਂ ਦਾ ਜਿਹੜਾ ਉੱਚਾ ਹੋਇਆ ਪਿਆ ਨਾ, ਇਹ ਸਾਲਾ ਭਰਾਵਾਂ ਨੇ ਕਦ ਉੱਚਾ ਕੀਤਾ ਇੱਥੇ ਸੱਦ ਕੇ। ਅਸੀਂ ਬਾਈ ਜੀ ਟੋਰਾਂਟੋ ਤੋਂ ਆਇਆ, ਦੇਖੋ ਮੈਨੂੰ ਭਰਾਵਾਂ ਨੇ ਸੱਦਿਆ, ਮੈਂ ਗੁਰਮੇਲ ਬਾਈ ਜੀ ਨਾਲ ਆਇਆ, ਪਰ ਸਾਡਾ ਕੱਦ ਨਾ 50 ਫੁੱਟ ਤੇ ਲੈ ਗਏ ਬਾਈ ਜੀ। ਮੇਰੇ ਭਰਾਵਾਂ ਨੇ ਏਡਾ ਮਾਣ ਸਤਿਕਾਰ ਦਿੱਤਾ ਇੱਥੇ, ਇਹਨੂੰ ਵੱਧ ਕੇ ਸਭ ਤੋਂ ਵੱਡੀ ਗੱਲ ਹੈ ਤੁਸੀਂ ਸੀਨੀਅਰ ਸਤਿਕਾਰ ਕਰਦੇ ਆ। ਗੋਡ ਬਲੈਸ ਯੂ ਆਲ ਬਾਈ, ਗੋਡ ਬਲੈਸ ਯੂ। ਬਹੁਤ ਵਧੀਆ ਲੱਗਿਆ ਤੁਹਾਨੂੰ, ਏਡਾ ਵਧੀਆ ਭਰਾ ਨੇ ਮਾਣ ਸਤਿਕਾਰ ਕੀਤਾ। ਪ੍ਰਿਤਪਾਲ ਬਾਈ ਜੀ, ਖਾਸ ਕਰਕੇ ਪ੍ਰਿਤਪਾਲ ਬਾਈ ਦਾ ਮਾਣ ਤਾਂ ਕਹਿਣ ਦੇ ਕਾਬਲ ਹੀ ਨਹੀਂ। ਸੈਂਸੀਬਲ ਮੈਨ, ਸੈਂਸੀਬਲ ਮੈਨ, ਆਇਰਨ ਮੈਨ। ਇਹ ਮੈਨੂੰ ਕੱਲ ਆਇਆ ਕਿੰਨੇ ਦੇ ਫਲਾਈਟ ਗੁਰਬਾਸ ਜੀ, ਇਹ ਜੀਆਂ ਕਹਾਣੀਆਂ ਕਿਤੇ ਸੁਣੀਆਂ ਤੁਸੀਂ ਨਾ? YouTube ਯਾਰ ਟਿਕ ਹੈ, ਲਾਈਟ ਥੰਡਰਿੰਗ ਬਹੁਤ ਸੀ। ਮੈਨ ਦਾ ਪੈਗ ਮੰਗਾ ਭਾਈ, ਭਰਾਵਾ ਉੱਤੇ ਦੋ ਦੋ ਪੈਗ ਮੰਗਾਏ ਉਹਦੇ ਅੰਦਰ। ਰੋਣ ਲਈ, ਰੋਣ ਲਈ ਟਿਸ਼ੂ ਚਾਹੀਦਾ ਥੋੜਾ ਜਿਹਾ। ਵਿੱਕੀ ਮਾਈਕ ਬਹੁਤ ਮੂੰਹ ਦੇ ਕੋਲ ਕਰ। ਯੈਸ, ਉਹ ਸਿਕੰਦਰ ਕਿਆ ਮਜ਼ਬੂਤੀ ਨੇ
ਬੰਦਾ ਕਹਿੰਦਾ ਵੀ ਕਾਮਯਾਬੀ ਕੀ ਹੈ, ਪੱਤਰਕਾਰ ਨੇ ਪੁੱਛਿਆ ਮੈਨੂੰ ਕਹਿੰਦਾ ਕਾਮਯਾਬੀ
ਮੈਂ ਕਿਹਾ ਕਾਮਯਾਬ ਦੀ ਸਾਰੀ ਟੱਟੀ ਜਾਂਦੀ ਹੈ ਆਪਣੀ ਤਾਂ ਦੇਖ ਲੈਂਦਾ ਦੂਜੇ ਦੀ ਨੀ ਦੇਖ ਲੈਂਦੇ ਜਾਨੀ ਕੈਸੇ ਕਬ ਕਹਾਂ ਇਕਰਾਰ ਹੋ ਗਿਆ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਕਿੰਨੀ ਸੋਹਣੀ ਲੱਗਦੀ ਦੁਪਹਿਰ ਫੇਰ ਵੀ ਪਤਾ ਨੀ ਕਾਤੋਂ ਮੋਜ ਆਈ ਜਾਂ ਉਹ ਯਾਰ ਰਹਿਣ ਦਿੰਦੇ ਨਹੀਂ ਇਹਦੇ ਬਿਨਾਂ ਮੈਨੂੰ ਇਹਦੇ ਬਿਨਾਂ ਚੰਗਾ ਬਹਿ ਜਾ ਭਾਈ ਤੁਸੀਂ ਬੈਠੋ ਉਹ ਚ ਆਵਾਜ਼ ਥੋੜੀ ਦਬਦੀ ਹੈ ਨਹੀਂ ਇਹ ਠੀਕ ਹੈ ਮੈਨੂੰ ਗਾਣਾ ਯਾਦ ਆ ਗਿਆ ਹੋਰ ਚੇਂਜ ਕਰਤਾ ਨਹੀਂ ਨਹੀਂ ਅਹੀ ਨਹੀਂ ਮੈਂ ਉਹ ਕਹਿ ਰਿਹਾ ਸੀ ਮਾਈਕ ਚਲੋ 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 ਬੈ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਸੋਹਣੀ ਲੱਗਦੀ ਦੁਪਹਿਰ ਮਾਂ ਨੇ ਵੀ ਰੋਕਿਆ ਬਾਪੂ ਨੇ ਵੀ ਰੋਕਿਆ ਮਿੱਤਰਾਂ ਦੇ ਸ਼ਹਿਰ ਆ ਜਾਈ ਮਿੱਤਰਾਂ ਦੇ ਸ਼ਹਿਰ ਮਿੱਤਰਾਂ ਦੇ ਸ਼ਹਿਰ ਅੱਜ ਅਸੀਂ ਆਏ ਆ ਇੱਥੇ ਫੇਰ ਵੀ ਪਤਾ ਨੀ ਭਾਵੇਂ ਸਾਡੇ ਸੜ ਗਏ ਨੇ ਪੈਰ ਭਰਾਵੋ ਤੁਹਾਡੇ ਪਿਆਰ ਸਦਕਾ ਪਹੁੰਚੇ ਇੱਥੇ ਮਜ਼ਾ ਆ ਗਿਆ ਸਵਾਦ ਹੈ ਕੋਈ ਬੰਦਾ ਸ਼ਗਨ ਪਾਉਣ ਲਈ ਪੈ ਅਸੀਂ ਐ ਨੀ ਪੈ ਭਰਾ ਨੇ ਕਿਹਾ ਆਪਾਂ ਜਾਣਾ ਫਨ ਕਰਨ ਭਰਾ ਮਿਲਣਗੇ ਪੁਰਾਣੇ ਮਿੱਤਰ ਮਿਲਣਗੇ ਇਦੋਂ ਵੱਧ ਕੇ ਹੋਰ ਕੀ ਚਾਹੀਦਾ ਇਹ ਯਾਦਾਂ ਜਿਹੜੀਆਂ ਨੇ ਨਾ ਇਹ ਫਿਰ ਪਾਰਕ ਜਦੋਂ ਆਪਾਂ ਤਾਸ਼ ਕੁੱਟਣੀ ਹੈ ਉਦੋਂ ਗੱਲਾਂ ਯਾਦ ਆਉਣਗੀਆਂ ਹੁਣ ਤਾਂ ਜ਼ਿੰਮੇਵਾਰੀਆਂ ਚੱਲੀ ਜਾਂਦੀਆਂ ਨੇ ਬਿਲਕੁਲ ਫਿਰ ਇਹ ਗੱਲਾਂ ਮਹਿਨੇ ਰੱਖਣਗੀਆਂ ਆਪਣੇ ਜਿੰਨੀਆਂ ਇਕੱਠੀਆਂ ਕਰ ਸਕਦੇ ਹੋ ਨਾ ਇਹਨੂੰ ਵੱਧ ਤੋਂ ਵੱਧ ਪਾਣੀ ਦੇ ਕੰਢੇ ਨਹਿਰ ਦੇ ਕੰਢੇ ਤੰਬੂ ਦੇ ਵਿੱਚ ਯਾਰਾਂ ਦੇ ਨਾਲ ਜਿੰਨੀਆਂ ਇਕੱਠੀਆਂ ਕਰ ਸਕਦੇ ਇਕੱਠੀਆਂ ਕਰ ਲਓ ਇਹ ਕੰਮ ਆਉਣਗੇ ਯਾਰਾਂ ਦੀ ਮਹਿਫਿਲ ਨਾਲ ਸਲੀ ਇਹ ਬਹੁਤ ਭਾਜੀ ਤੁਸੀਂ ਭਾਗਾਂ ਲਿਓ ਸਾਰੇ ਕੱਲਾ ਕੱਲਾ ਬੰਦਾ ਜਿਹੜਾ ਬੈਠਾ ਦਿਲ ਵਾਲੀ ਗੱਲ ਅੱਖੀਆਂ ਨਾ ਦੱਸ ਕੇ ਉਹਨੇ ਤੂੰ ਸੱਜਣਾ ਦਾ ਦਿਲ ਤੜਪਾਇਆ ਠੰਡਾ ਹੋਇਆ 49 years of age
ਬੋਰਨ 25 ਦਸੰਬਰ 1940 ਹਰੇਕ ਬਾਤ ਪੇ ਕਹਤੇ ਹੋ ਤੁਮ ਕਿ ਤੂੰ ਕਿਆ ਹੈ, ਤੁਮੀ ਕਹੋ ਕਿ ਯਹ ਅੰਦਾਜ਼ੇ ਗੁਫ਼ਤਗੂ ਕਿਆ ਹੈ, ਰਗੋ ਮੇਂ ਦੌੜਤੇ ਫਿਰਨੇ ਕਿ ਹਮ ਨਹੀਂ ਕਾਇਲ, ਜਬ ਆਂਖ ਹੀ ਸੇ ਨਾ ਟਪਕਾ ਤੋ ਲਹੂ ਕਿਆ, ਲਹੂ ਕਿਆ ਹੈ, ਲਹੂ ਕਿਆ ਹੈ, ਟਪਕਾ ਵੋ ਲਹੂ ਕਿਆ ਹੈ, ਲਹੂ ਕਿਆ ਹੈ। ਇੱਥੇ ਵੀ ਹੁੰਦਾ ਬਿਓਲਾ ਹੈ, ਜਿਸਮ ਜਹਾਂ ਦਿਲ ਵੀ ਜਲ ਗਿਆ ਹੋਗਾ, ਗੁਰੇਤੇ ਹੋ ਗੁਰੇਤੇ ਹੋ ਕਿਉਂ ਆਜ ਤੇ ਰਹੋ, ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ। ਗੇੜੇ ਨਾ ਮਾਰੀ ਮੈਂ ਬਾਪੂ ਤੋਂ ਡਰਦੀ, ਗੇੜੇ ਨਾ ਮਾਰੀ ਮੈਂ ਬਾਪੂ ਤੋਂ ਡਰਦੀ, ਨਾਲੇ ਤਾਂ ਦੁੱਧ ਪਿਆਉਂਦੇ ਨਾਲੇ ਖਵਾਉਂਦੇ ਚੂੜੀ ਦੇ ਲੱਕ ਪਤਲਾ, ਓ ਮਜਾਜਣ ਪੂਰੀ ਲਵ ਯੂ ਬ੍ਰੋ most like enjoyment of my life